देश विच दिनों दिन चोरों के हौसले बुलंद होंदे जा रहे हैं। चोर हुण बिना किसी डर भय तो चिट्टे दिन विच चोरियां झपटमारियां करके सोने दियां चेनियां खोह विच कामयाब हो रहे हैं, जिसकी ताज़ा मिसाल वेखण नूं मिली नाभा विखे। नाभा च मोटरसाइकिल सवार दो चोरों वालों वख-वख दो औरतों के गले विचों सोने दियां चेनियां झपट के फरार हो गए। यह सारी वारदात घर के बाहर लगे सीसीटीवी कैमरों च कैद हो गई। पहली घटना नाभा बस स्टैंड के एमाजोन शोरूम के बाहर वापरी, दूजी नाभा की दशमेश कलोनी की है, जिथे झपटमारा वालों वख-वख घटनावां अंजाम दिता गया। बेखौफ चिट्टे दिन गले चो सोने दियां चेनियां झपट के बड़े आराम दे नाल चलदे बने। इस मौके पीड़ित औरत दे सहुरे ने कहा कि वह तो उसकी नूं एमाजोन शोरूम च गए सी, जदों वह बाहर आए तो दो मोटरसाइकिल सवार व्यक्तियों वालों उसकी नूं दे गल विच पाई सोने की चेनी झपट के फरार हो गए, जिसकी कीमत 1,25,000 है। कुछ समान लैण वास्ते इलैक्ट्रॉनिक दा गए सी, जद अंदरों असीं बाहर निकले हैं स्कूटर ते बैठन लगे हैं तो एक बंदे ने चैन खिंची है, दूजा बंदा पिछों आया उन्होंने बिठा के फटाफट लै गया। मैं जनेजे के पंप तक गया उन्होंने मगर वो बहुत तेज सीगे पर अगे निकल गए। फिर मैं उसके बाद मैं वापस आ गया तो पुलिस ने फोन कर इन्होंने दुकानदार ने, पुलिस भी आ गए, SHO साहब भी आ गए, तो फिर उन्होंने रिपोर्ट वगैरह अंदाजा 2 तोले सी। ਕਿੰਨਾ ਕੁ ਰੇਟ ਬਣਦਾ ਉਹਦਾ? ਬਸ 1,25,000 ਵੈਸੇ ਤਾਂ ਬਣਦੇ ਜੀ, 60,000 ਹੋਏ 1,20 ਸਮਝ ਲਓ। ਠੀਕ ਹੈ। ਉਹ ਮੁੰਡੇ ਕਿਸ ਤਰ੍ਹਾਂ ਦੇ ਸੀ, ਪ੍ਰਵਾਸੀ ਸੀ ਜਾਂ ਪੰਜਾਬੀ ਸੀਗੇ, ਕਿਸ ਤਰ੍ਹਾਂ? ਦੇਖੋ ਜੋ ਮੈਂ ਇੰਨੀ ਡੀਪਲੀ ਨਹੀਂ ਜਾਂਦਾ, ਬਸ ਅਸੀਂ ਇੰਨਾ ਦੇਖਿਆ ਉਹਨੇ ਸ਼ਰਟ ਪਾਈ ਵੀ ਸੀਗੀ ਅਤੇ ਉਹ ਆਪਣਾ ਬਾਈਕ ਸੀਗੀ ਜਿਹੜੀ ਅਸੀਂ ਪੁੱਛਾਂ, ਨੰਬਰ ਵੀ ਉੱਥੇ ਆ ਗਿਆ, ਨੋਟ ਵੀ ਕਰ ਲਿਆ ਉਹਨਾਂ ਨੇ, ਦੁਕਾਨਦਾਰ ਨੇ ਵੀ ਕਰਾ ਲਿਆ, SHO ਸਾਹਿਬ ਨੂੰ ਵੀ ਕਰਾਤਾ ਸੀਗਾ, ਹੋਰ ਜਿੰਨੇ ਵੀ ਉੱਥੇ 3-4 ਪੁਲਿਸ ਵਾਲੇ ਖੜ੍ਹੇ ਸੀ ਸਾਹਮਣੇ ਬਹੁਤ ਦੇਖ ਕੇ ਨਾ 10 ਵਾਰੀ ਉਹਨੂੰ ਰਿਮੂਵ ਕਰਿਆ। ਇਸ ਮੌਕੇ 'ਤੇ ਨਾਭਾ ਕੋਤਵਾਲੀ ਦੇ SHO ਗੁਰਪ੍ਰੀਤ ਸਿੰਘ ਨੇ ਕਿਹਾ ਕਿ ਨਾਭਾ ਵਿਖੇ 2 ਘਟਨਾਵਾਂ ਵਾਪਰੀਆਂ ਨੇ ਅਤੇ ਇਹਨਾਂ ਦੋਵਾਂ ਚੋਰਾਂ ਵੱਲੋਂ ਵੱਖ-ਵੱਖ 2 ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਉਹ ਇਸ ਸੰਬੰਧੀ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਕਰ ਰਹੇ ਨੇ। ਸਨੈਚਿੰਗ ਦਾ ਕੱਲ੍ਹ ਸਾਨੂੰ ਆਪਣਾ ਐਮਾਜ਼ੋਨ ਸਟੋਰ ਹੈ ਜਿਹੜਾ ਬੱਸ ਸਟੈਂਡ ਦੇ ਨੇੜੇ, ਉੱਥੋਂ ਸਾਨੂੰ ਫੋਨ ਆਇਆ ਸੀਗਾ ਕਿ ਇੱਥੇ ਕਿਸੇ ਲੇਡੀ ਦੀ ਚੈਨੀ ਸਨੈਚ ਕਰ ਲਈ ਹੈ। ਉੱਥੇ ਜਾ ਕੇ ਅਸੀਂ ਨਾਲ ਦੀ ਨਾਲ ਜਾ ਕੇ CCTV ਫੁਟੇਜ ਦੇਖੇ, ਕੰਟਰੋਲ ਰੂਮ 'ਤੇ ਤਲਾਹ ਦਿੱਤੀ, ਸਾਰੇ ਨਾਕੇ ਅਲਰਟ ਕਰਾਤੇ। ਉੱਥੇ 2 ਨੌਜਵਾਨ ਕੈਮਰੇ ਦੇ ਵਿੱਚ ਦੇਖ ਰਹੇ ਨੇ, ਮੋਟਰਸਾਈਕਲ 'ਤੇ ਆਉਂਦੇ ਨੇ, ਮਾਸਕ ਪਾਇਆ ਹੋਇਆ ਉਹਨਾਂ ਦੇ ਫੇਸ 'ਤੇ, ਅਤੇ ਉਹ ਝਪੱਟ ਮਾਰ ਕੇ ਲੈ ਜਾਂਦੇ ਨੇ। ਉਹਦੇ ਵਿੱਚ ਅਸੀਂ ਸਾਡੀ ਕੋਤਵਾਲੀ ਨਾਭਾ ਦੀ ਟੀਮ ਅਤੇ CI ਨਾਭਾ ਦੀ ਟੀਮ ਨੇ ਕੱਲ੍ਹ ਦੇਰ ਰਾਤ ਤੱਕ ਬੜੇ ਕੈਮਰੇ CCTV ਕੈਮਰੇ ਦੇਖੇ ਨੇ, ਅੱਗੇ ਅੱਜ ਵੀ ਅਸੀਂ ਦੇਖਾਂਗੇ, ਜਲਦੀ ਇਹਨਾਂ ਨੂੰ ਟਰੇਸ ਕਰਕੇ ਅਰੈਸਟ ਕੀਤਾ ਜਾਊਗਾ। ਪਤਾ ਲੱਗਿਆ ਜੀ ਕਿੱਧਰ ਗਏ ਨੇ? ਇਹ ਬੌੜਾ ਗੇਟ ਸਾਈਡ ਤੋਂ ਭਵਾਨੀਗੜ੍ਹ ਰੋਡ ਨੂੰ ਮੁੜੇ ਨੇ, ਅੱਗੇ 2-3 ਕੈਮਰੇ ਦੇਖੇ ਨੇ, ਉਹਦੇ ਵਿੱਚ ਨਹੀਂ ਕਲੀਅਰ ਹੋ ਰਿਹਾ, ਪਰ ਅਸੀਂ ਹੋਰ ਹੁਣ ਨਵੇਂ ਕੈਮਰੇ ਲੱਭ ਕੇ ਉਹਨਾਂ ਨੂੰ ਉਹਦੇ ਵਿੱਚੋਂ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਉਹਦੀ ਉਦੋਂ ਰਾਤ ਉਹਦੀ CCTV ਫੁਟੇਜ ਆਈ ਹੈ, ਪਰ ਉਹਦਾ ਕੋਈ ਕੰਪਲੇਂਟ ਉਹਦੇ ਬਾਬਤ ਨਹੀਂ ਆਈ ਹੈਗੀ ਸਾਡੇ ਕੋਲ। ਇਹੀ 2 ਬੰਦਿਆਂ ਦੀ ਹਾਂ ਫੁਟੇਜ ਦੇ ਵਿੱਚ ਦੋਨੋਂ ਬੰਦੇ ਇਹੀ ਦਿਖ ਰਹੇ ਨੇ, ਸੇਮ ਬੰਦੇ, ਸੇਮ ਮੋਟਰਸਾਈਕਲ ਹੈ, ਸੇਮ ਉਹੀ ਵਾਰਦਾਤ ਕਰਨ ਦਾ ਤਰੀਕਾ ਵੀ ਆਈ ਹੈ, ਪਰ ਉਹਦੇ ਬਾਬਤ ਸਾਨੂੰ ਕੋਈ ਕੰਪਲੇਂਟ ਨਹੀਂ ਆਈ। ਨੰਬਰ ਥੋੜ੍ਹਾ ਜਿਹਾ ਕਲੀਅਰ ਹੋ ਰਿਹਾ, ਵਿੱਚ 2-3 ਐਲਫਾਬੈਟ ਜਾਂ ਡਿਜਿਟ ਉਹ ਕਲੀਅਰ ਨਹੀਂ ਹੋ ਰਹੇ ਹੈਗੇ, ਉਹ ਅਸੀਂ ਐਕਸਪਰਟ ਨੇ ਜਿਹੜੇ ਉਹਨਾਂ ਦੀ ਹੈਲਪ ਲੈ ਕੇ ਉਹ ਨੰਬਰ ਨੂੰ ਕਲੀਅਰ ਕਰ ਰਹੇ ਹਾਂ, ਉਹਦੇ ਬਾਅਦ ਇਹਨੂੰ ਟਰੇਸ ਕਰਾਂਗੇ। ਕਿਸ ਦੇ ਬਿਹਾਫ 'ਤੇ ਸ਼ਿਕਾਇਤ ਕਰਾਈ ਗਈ ਹੈ? ਇਹ ਜਿਨ੍ਹਾਂ ਦੀ ਸਨੈਚਿੰਗ ਹੋਈ ਹੈ, ਜਿਨ੍ਹਾਂ ਦੀ ਚੈਨੀ ਖੋਈ ਹੈ, ਲੀਜ਼ਾ ਨੇ ਕਰਤਾਰਪੁਰ ਦੇ ਮੁਹੱਲੇ ਦੇ ਰਹਿਣ ਵਾਲੇ, ਉਹਨਾਂ ਦੇ ਬਿਹਾਫ 'ਤੇ ਅਸੀਂ 379B ਦਾ ਸੈਕਸ਼ਨ ਲਾ ਕੇ 2 ਬੰਦਿਆਂ ਦੇ ਅਨਾਮ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਕਾਨੂੰਨ ਦੇ ਡਰ ਤੋਂ ਬੇਖੌਫ ਇਹ ਲੁਟੇਰੇ ਝਪਟਮਾਰ ਦਿਨ ਦਿਹਾੜੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਸੂਬੇ ਅੰਦਰ ਕਾਨੂੰਨ ਦਾ ਜਨਾਜ਼ਾ ਨਿਕਲ ਚੁੱਕਿਆ ਹੈ। ਚੋਰ ਲੁਟੇਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਝਿੱਚ ਜਾਣਦੇ ਹਨ। ਖੈਰ, ਪੁਲਿਸ ਹੁਣ ਇਹ ਝਪਟਮਾਰਾਂ ਦੀਆਂ ਪੈੜਾਂ ਨੱਪ ਰਹੀ ਹੈ, ਪਰ ਹੁਣ ਵੇਖਣਾ ਹੋਵੇਗਾ ਪੁਲਿਸ ਕਦੋਂ ਇਹਨਾਂ ਚੋਰਾਂ ਨੂੰ ਹਿਰਾਸਤ ਵਿੱਚ ਲੈਂਦੀ ਹੈ। ਚੜ੍ਹਦੀ ਕਲਾ TIME TV ਲਈ ਨਾਭਾ ਤੋਂ ਜਗਨਾਰ ਸਿੰਘ ਦੀ ਰਿਪੋਰਟ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ TIME TV ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ।